ਆਉਂਦੀ ਹਾਂ ਤਾਂ ਫਿਰ ਜਾਣ ਛੱਡੂ। ਨਾ ਫਾਤਮਾ ਕਿਆ ਕਰ ਰਹੀ ਹੋ? ਅੰਮੀ ਕੇ ਪਾਸ ਜਾਓ ਨਾ ਫਾਤਮਾ, ਅੰਮੀ ਕੇ ਪਾਸ। ਅੱਛਾ ਜੀ, ਮੈਂ ਉਸ ਦਿਨ ਨਾ ਕੱਪੜੇ ਕੁਛ ਬਦਲਾ ਕਰਾ ਕੇ ਲੈ ਕੇ ਆਈ ਸੀ, ਅਤੇ ਮੈਂ ਕਿਹਾ ਦੇਖਾਂ ਤਾਂ ਸਹੀ ਕੀਤੇ ਉਹਨਾਂ ਨੇ ਕਿ ਨਹੀਂ ਸਹੀ ਕੀਤੇ, ਅਤੇ ਉਹ ਦੇਖਣ ਲੱਗੀ ਹਾਂ। ਇੱਕ ਤਾਂ ਅਦਨ ਬੇਟੀ ਦਾ ਯੂਨੀਫਾਰਮ ਕਰਵਾਇਆ ਸੀ ਬਦਲਾ, ਮੇਰੀ ਵੀ ਮਸ਼ੀਨ ਦਾ ਨਹੀਂ ਵਖਾ ਨਹੀਂ ਸੀ ਠੀਕ ਹੈਗਾ, ਦੇਖਿਓ ਨਾ। ਮੈਨੂੰ ਪਤਾ ਨਹੀਂ ਇਹਦਾ, ਨਹੀਂ ਅੱਖਾਂ ਤਾਂ ਨਹੀਂ ਕੀਤੀ, ਤਾਂ ਹੀ ਤਾਂ ਆਹ ਦੇਖੋ ਨਾ ਸਿਲਾਈਆਂ ਸੋਹਣੀਆਂ ਨਹੀਂ ਲੱਗ ਰਹੀਆਂ। ਹਾਂਜੀ, ਤੇ ਇਹ ਮੈਂ ਨਾ ਹੁਣ ਦੇਖਣ ਲੱਗੀ ਸੀ ਦੁਪੱਟੇ ਵੀ ਮੇਰੇ ਸਹੀ ਕੀਤੇ ਕਿਤੇ ਕਿ ਨਹੀਂ ਕੀਤੇ, ਕਿਉਂਕਿ ਜਦੋਂ ਵਾਪਸੀ ਜਾਵਾਂਗੀ ਤੇ ਫਿਰ ਬੰਦਾ ਉਹਨੂੰ ਕਹਿੰਦਾ ਕਿ ਭਾਈ ਆ ਤੁਸੀਂ ਇਸ ਤਰ੍ਹਾਂ ਸਹੀ ਨਹੀਂ ਕੀਤਾ। ਤਾਂ ਕਿੱਡੀ ਵਰਦੀ ਹੈ? ਹਾਂ, ਵਾਈਟ ਵਰਦੀ ਤੇ ਪੱਟੀਆਂ ਜੀਆਂ ਤੇ ਕੀ ਕੁਛ। ਇਹ ਇੱਕ ਆ ਵੇਖੋ ਨਾ, ਇੱਥੇ ਕਿਤੇ ਹੋਰ ਵੀ ਹੈ। ਇਸ ਨਾਲ ਇਹ ਪੱਟੀ ਬਣਾਈ ਆ, ਇਹ ਬਟਨ ਲੱਗੂ 20-20 ਰੁਪਏ ਦਾ ਇੱਕ ਬਟਨ ਦੀ, ਤੂੰ ਆਪਾਂ ਆਹ ਫੜ ਲਾ ਆਹ ਫੜ ਲਾ। ਇਹ ਸਟੀਲ ਦੇ ਨੇ, ਜ਼ੰਗ ਨਹੀਂ ਛੱਡਣਗੇ। ਉੱਥੇ ਕੁੜੀਆਂ ਨੇ ਲਵਾਏ ਨੇ, ਉਹ ਸਾਰੇ ਜ਼ੰਗ ਛੱਡਦੇ ਨੇ। ਇਹ ਹੁਣ ਮੈਂ ਇੱਕ ਵਾਰ ਸਿੱਧਾ ਕਰਕੇ ਦੇਖਣ ਲੱਗੀ ਹਾਂ, ਅਤੇ ਫਿਰ ਉਸ ਤੋਂ ਬਾਅਦ ਨਾ ਮੈਂ ਇਹਦੇ ਤੰਦ ਛੰਦ ਕੱਟ ਕੇ ਅਤੇ ਫਿਰ ਇਸਤਰੀ ਕਰਾਂਗੇ। ਮਾਰ ਬੇਟਾ ਕੈਮਰਾ ਕਿਤੇ ਨੇੜੇ ਦੂਰ ਵੀ ਕਰ ਲਿਆ ਕਰੋ, ਉਹ ਨਾ ਹੋਵੇ ਵੀ ਉਹ ਸਾਰੀਆਂ ਸੀੜੀਆਂ ਦਿਖਾਈ ਚੱਲੋ ਤੁਸੀਂ। ਇਹ ਦੇਖੋ ਜੀ ਵਰਦੀ, ਮੁੰਡਿਆਂ ਵਾਂਗੂ ਫੱਟੀ ਲਾ ਕੇ ਅਤੇ ਐਪ 'ਤੇ ਕਾਲਰ ਜਿਹਾ ਲਾ ਕੇ। ਇਹ ਬੇਟਾ ਉਹਨਾਂ ਦਾ ਯੂਨੀਫਾਰਮ। ਇਹ ਪੱਟੀ ਇੱਥੇ ਪੈਣੀ ਆ, ਆਹ ਜਿਹੜੀ ਆ ਸਾਰੀਆਂ ਲੱਗੀਆਂ, ਅਤੇ ਇੱਕ ਜਾਂਦੀ ਉਹਨੇ ਐਵੇਂ ਦੀ ਲੈ ਕੇ ਜਾਣੀ ਆ। ਉਹ ਇੱਥੋਂ ਦੀ ਪਾ ਕੇ ਨਾ ਇੱਦਾਂ, ਇਹ ਇਸ ਤਰ੍ਹਾਂ, ਇਹ ਇਸ ਤਰ੍ਹਾਂ, ਫਿਰ ਯੂਨੀਫਾਰਮ ਮੁਕੰਮਲ ਹੋਣਾ। ਅਤੇ ਆਹ ਪੱਟੀ ਇੱਥੋਂ ਦੀ ਦਰਮਿਆਨ ਚੁੱਕ ਪੈਣੀ, ਇਹ ਹੋ ਗਿਆ। ਬਾਕੀ ਮੈਂ ਆਪਣੇ ਦੁਪੱਟੇ ਕਿਤੋਂ ਕਰਾਏ ਸੀ, ਕਿੰਨੀ ਖੁਸ਼ ਹੁੰਦੀ ਚਲੋ ਠੀਕ ਹੋ ਗਿਆ ਕੁਛ ਲੈਣਾ। ਨਾ ਫਾਤਮਾ, ਮੇਰੇ ਆ ਇੱਕ, ਮੈਂ ਇਹ ਕਰਵਾਇਆ ਦੁਪੱਟਾ ਪੀਕੋ, ਇਹ ਸਾਰੇ ਮੇਰੇ ਨਾ ਦੁਪੱਟੇ ਪੀਕੋ ਹੋਣ ਵਾਲੇ ਸੀਗੇ, ਤੇ ਫਿਰ ਮੈਂ ਇਸ ਕਰਕੇ ਨਾ ਨਵਾਂ ਦੁਪੱਟਾ ਨੀ ਮੋਈ ਨੂੰ ਲਾਹ ਦਿੰਦੀ, ਮੋਈ ਨੂੰ ਹੱਥ ਨੂੰ ਲਾਉਣ ਦੇ। ਓਏ ਸਦਕੇ ਸਦਕੇ ਪੱਟਾ ਦੇ ਦੋ ਪੱਪੋ ਕੋ, ਦੇ ਦੋ ਪੱਪੋ ਜੀ ਕੋ, ਦੇ ਮੇਰਾ ਪੱਟਾ ਦੋ, ਦੋ ਦੁਪੱਟਾ ਮੇਰਾ ਪੱਪੋ ਕੋ, ਦੇ ਦੋ ਦੋ ਚੋ, ਦੇ ਦੋ ਪੱਟਾ, ਗੱਲੋਂ ਗਾਜੀ ਨਿਕਲੀ, ਪੱਪੋ ਜੀ ਕੋ ਦੇ ਦੋ, ਚਲੋ ਮੁਝੇ ਦੇ ਦੋ, ਮੁਝੇ ਦੋ ਅਨਾਜ ਪੱਪ ਨੂੰ, ਮੁਝੇ ਦੇ ਦੋ ਪੱਟਾ, ਮੁਝੇ ਦੇ ਦੋ ਮਾਂ ਨੂੰ, ਦੇ ਦੇ ਪੱਟ ਮਾਂ ਦੇ, ਪਾਣੀ ਪੀਣਾ ਵਾ ਇੱਕ ਇਹ ਵਾਲਾ ਸੂਟ।
ਚਲੋ ਮੀਜੀ ਨੂੰ ਦਿਖਾਉਣੀ ਆ ਕਿਸ ਤਰ੍ਹਾਂ ਦਾ ਲੱਗਦਾ। ਦੁਪੱਟਾ ਨੀ ਖੋਲਿਆ ਹੈ, ਦੁਪੱਟਾ ਵੀ ਮਾੜਾ ਜਿਹਾ ਖੋਲ ਲੈਣੇ, ਸਿਰਫ ਆਲ ਓਵਰ ਹੀ ਪ੍ਰਿੰਟ ਆ ਤੇ ਇਹ ਸਲਵਾਰ ਕਮੀਜ਼ ਜਿਹੜੀ ਸੇਮ ਆ ਨਾ ਉਹੀ ਆ ਤੇ ਇਹ ਵਾਲਾ ਬਾਰਡਰ ਇਹਦਾ ਉਤਾਰ ਕੇ ਨੀਚੇ ਲੱਗੇਗਾ। ਮੋਟਾ ਬਹੁਤ ਉੱਪਰ ਇਹ ਲੋਨ ਵਧੀਆ ਵਾ ਨਾਨਿਆਂ ਨੂੰ ਬਹੁਤ ਚਾਹ ਪੱਕਦੇ ਆਹਦੇ ਅੰਦਰ ਥਰਮਾਸ ਪਿਆ ਬਸ ਫਿਰ ਦੇਖ ਲੈ ਮੈਂ ਤੁਹਾਨੂੰ ਪੱਕੇ ਕੱਢ ਕੇ ਦਿੰਦੀ ਵਿੱਚੋਂ ਲੈਦਾ ਕਰਕੇ ਆਈ ਸੀ ਮੈਂ ਉਹਨੇ ਤੋੜ ਲਿਆਂਦੇ ਮਾਂ ਦਿਖਾ ਮੈਂ ਕੋ ਮੈਂ ਸਾਥੀ ਆ ਕੱਚੇ 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 ਇੰਨਾ ਨਾ ਮੈਂ ਸੀ ਉਹ ਸਾਮ ਆਲ ਆਲ ਇਹਨਾਂ ਤੇ ਇਹਨਾਂ ਤੋਂ ਖਾ ਲਾ ਆ ਲਾ ਤੋੜ ਲਿਆ ਸੀ ਆਈ ਤਾਂ ਜੇ ਲਾਉਣੇ ਖਰਾਬ ਨਹੀਂ ਚੱਕ ਕਰ 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 ਇਹਨੇ ਪਾਣੀ ਆ ਮੈਂ ਪੀਣਾ ਵਾ ਅਦਰ ਪੜਾਈਆਂ ਨੂੰ। ਅੱਛਾ ਜੀ ਇਹ ਦੁਪੱਟੇ ਦੀ ਤੈਅ ਕਰਦੇ ਆ, ਇਹਨੂੰ ਰੱਖ ਰਹੇ ਆ ਤੇ ਇਹਦੇ ਤੇ ਮੈਂ ਦੁਪੱਟੇ ਦੀ ਕਮੀਜ਼ ਸੀ ਤੇਰੀ ਆ ਇਹਦੀ ਪੈਰ ਤੇ ਇਹਨਾਂ ਵਜਮਾ ਵਕਤ ਅਸੀਂ ਜਾ ਰਹੇ ਆ ਮੇਰੀ ਛੋਟੀ ਭੈਣ ਕੋਲ ਜਿਹੜੀ ਇੱਥੇ ਫਿਕਰਬਾਦ ਨਾਲ ਰਹਿੰਦੀ ਆ ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਕਾਫੀ ਦਫਾ ਉਹ ਵੀ ਬਿਮਾਰ ਹੋਈ ਆ, ਭਾਈ ਵੀ ਹੋਇਆ ਲੇਕਿਨ ਸਾਡੇ ਕੋਲ ਆਇਆ ਨਹੀਂ ਗਿਆ। ਅਸੀਂ ਕਿਹਾ ਹੁਣ ਆਏ ਹਾਂ ਚਲੋ ਜਾਂਦੇ ਜਾਂਦੇ ਉਹਨਾਂ ਕੋਲ ਹੀ ਹੋ ਜਾਈਏ, ਰੋਜ਼ਾਨਾ ਘਰੋਂ ਨਿਕਲਣਾ ਬਹੁਤ ਮੁਸ਼ਕਿਲ ਆ ਇਸ ਕਰਕੇ ਨਾ ਰਸਤੇ 'ਚ ਹੀ ਆਉਂਦੀ ਆ ਅਤੇ ਉਹਦੇ ਕੋਲ ਹੋ ਕੇ ਤੇ ਫਿਰ ਅਸੀਂ ਘਰ ਜਾਵਾਂਗੇ। ਦੁਪਹਿਰਾਂ ਤਕਰੀਬਨ ਅਸੀਂ ਹੁਣ 12:30 ਦਾ ਟਾਈਮ ਹੋਣਾ ਅਤੇ ਇਹ ਅਸੀਂ ਘੰਟਾ ਕੁ ਉਹਨਾਂ ਕੋਲ ਬੈਠਾਂਗੇ ਅਤੇ 2 ਵਜੇ ਜਾਂ 3 ਵਜੇ ਅਸੀਂ ਆਪਣੇ ਘਰ ਨੂੰ ਤੁਰ ਪਾਵਾਂਗੇ। ਰਸਤੇ 'ਚੋਂ ਮਾਰਦੀ ਲੈਣਾ ਯੂਨੀਫਾਰਮ ਅਤੇ ਅਦਨ ਪੇਟੀ ਤਾਂ ਲੈਣੀ ਹੈ ਇੱਕ ਪੱਟੀ ਜੀ, ਉਸ ਦਿਨ ਵੀ ਮੈਂ ਕਿਹਾ ਵਾਪਸੀ 'ਤੇ ਲੈ ਲਵਾਂਗੇ, ਗਰਮੀ ਬਹੁਤ ਆ। ਜਦੋਂ ਵੀ ਘਰੋਂ ਨਿਕਲੋ ਗਰਮੀ ਤਾਂ ਇੰਨੀ ਹੋਈ ਹੈ ਲੇਕਿਨ ਅੱਜ ਅਸੀਂ ਲੈ ਕੇ ਜਾਣਾ ਵਾ ਅਤੇ ਅਦਨ ਨੇ ਇੱਕ ਪਾਣੀ ਦੀ ਬੋਤਲ ਲੈਣੀ, ਉਹ ਚੀਜ਼ਾਂ ਲਵਾਂਗੇ ਲੈ ਕੇ ਅਤੇ ਘਰ ਨੂੰ ਚਲੇ ਜਾਵਾਂਗੇ। ਮੈਂ ਤਾਂ ਇੱਕ ਗੱਲ ਕਹਿਣਾ ਕਿ ਸਰਦੀਆਂ ਠੀਕ ਆ ਬਸ। ਹਾਂਜੀ ਸਰਦੀਆਂ 'ਚ ਨਾ ਤਾਂ ਬੱਚੇ ਦਾ ਫੀਡਰ ਖਰਾਬ ਹੁੰਦਾ ਅਤੇ ਗੱਡੀ ਧੁੱਪ ਗੜੀ ਕਰ ਲਓ ਤਾਂ ਵੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਸ਼ਾਮ ਕਰ ਲਓ ਤਾਂ ਵੀ ਕੋਈ ਟੈਨਸ਼ਨ ਨਹੀਂ। ਬਸ ਸਰਦੀਆਂ 'ਚ ਸਿਰਫ ਇੱਕੋ ਚੀਜ਼ ਜਿਹੜੀ ਹੈ ਨਾ ਉਹ ਅੱਛੀ ਨਹੀਂ ਲੱਗਦੀ, ਜਿਹੜੀ ਹੈ ਧੁੰਦਾਂ ਆ ਜਾਂਦੀ ਹੈ ਬਸ। ਹਾਂਜੀ ਬਾਕੀ ਗਰਮੀਆਂ ਨੂੰ ਬੰਦਾ ਬਾਹਰ ਨਿਕਲੀ ਉਹ ਵੀ ਨਹੀਂ, ਬਹੁਤ ਬੁਰਾ ਹਾਲ ਹੁੰਦਾ ਅਤੇ ਬੱਚੇ ਦਾ ਫੀਡਰ ਖਰਾਬ ਅਤੇ ਬਸ ਬਹੁਤ ਮੁਸ਼ਕਿਲ ਹੋ ਜਾਂਦਾ। ਇਸ ਤਰ੍ਹਾਂ ਹੀ ਬਾਕੀ ਜਰਸੀ ਸਵਾਟਰ ਪਾ ਲਓ ਬੰਦੇ ਨੂੰ ਕੁਛ ਵੀ ਨਹੀਂ ਹੁੰਦਾ, ਜਰਾਬਾਂ ਪਾ ਲਓ, ਬੂਟ ਪਾ ਲਓ, ਜਰਸੀ ਸਵਾਟਰ ਪਾ ਲਓ, ਤੁਸੀਂ ਬਿਲਕੁਲ ਜਿਹੜਾ ਨਾ ਠੀਕ ਰਹੋਗੇ। ਇਹ ਦਰਬਾਰ ਤੱਕ ਲੈ ਪਾਇਓ, ਮੇਲਾ ਲੱਗਿਆ ਹੋਇਆ ਹੈ ਨਾ। ਹਾਂਜੀ ਮੇਲਾ ਲੱਗਿਆ, ਉਸ ਦਿਨ ਵੀ ਇੱਥੇ ਲੱਗਿਆ ਹੋਇਆ ਸੀ। ਇਹ ਕੁਛ ਚੱਲੇ ਚੱਲੇ ਮਸ਼ੀਨਾਂ ਨਹੀਂ ਲਿਆਂਦਾ ਹੋਇਆ। ਅੱਛਾ ਵਾਹ ਜੀ ਵਾਹ, ਇਹਨਾਂ ਨੇ ਤਾਂ ਦੁਕਾਨਾਂ ਵੀ ਲਾਈਆਂ ਹੋਈਆਂ। ਸਹੀ ਹੈ, ਇੱਥੇ ਤੁਸੀਂ ਮੇਲੇ ਤੇ ਆਏ ਸੀ? ਹਾਂਜੀ। ਜਾਨ ਬਾਹਰ ਖੇਲਦਾ ਫਿਰਦਾ ਜਾਨ ਮਤਲਬ
ਹਾਂਜੀ ਕਿੱਧਰ ਆਏ ਹੋ? ਖਾਲਾ ਦੇ ਘਰ ਆਇਆ। ਅੱਛਾ ਜੀ, ਅਸੀਂ ਆ ਗਏ ਹਾਂ ਇੱਥੇ ਮਹਿਮਾਨ, ਅਤੇ ਅਸੀਂ ਇੱਥੇ ਹੁਣ ਕੋਈ ਘੰਟਾ ਦੋ ਘੰਟੇ ਸਟੋਪ ਕਰਾਂਗੇ, ਅਤੇ ਅਸੀਂ ਜਿਹੜਾ ਨਾ ਫਿਰ ਆਪਣੇ ਘਰ ਨੂੰ ਜਾਵਾਂਗੇ। ਫਿਰ ਸ਼ਹਿਰ ਵੀ ਸਾਡਾ ਹਜੇ ਕੋਈ ਘੰਟਾ ਅੱਧਾ ਲੱਗ ਜਾਣਾ ਜੀ। ਅਠਾਨਵੇਂ ਉਦਣ ਅਦਨ ਦੀ ਦਵਾਈ ਲਈ ਸੀ ਅਤੇ ਅਦਨ ਠੀਕ ਹੋ ਗਈ ਸੀ। ਉਹ ਦਵਾਈ ਥੋੜ੍ਹੀ ਸੀ ਮੇਰੇ ਖਿਆਲ। ਅੱਛਾ ਜੀ, ਪਾਣੀ ਛਾਣੀ ਪੀ ਲਿਆ ਸੀ, ਠੀਕ ਆ। ਬੱਚਿਆਂ ਨੇ ਜੂਸ ਪੀਤਾ ਵਾ, ਅਤੇ ਜ਼ਿਆਨ ਨੂੰ ਪੁੱਛ ਹੋਰ ਜੂਸ ਪੀਣਾ। ਅੱਛਾ ਸਮਾਨ ਕਿਆ ਕਰਨੇ ਲੱਗੇ? ਬੱਚੇ ਸਾਰੇ ਖੇਡਣੇ। ਸਾਰੇ ਬਗਾਤ ਜੀ, ਕੀ ਕਰ ਰਹੇ ਹੋ? ਚੋਟੇ ਲੱਗ ਜਾਏਗੀ। ਜਾਓ ਖੇਲੋ, ਵਾਨੀ ਚ ਬੈਠ ਕੇ ਖੇਡੋ ਸਾਰੇ। ਸਾਰੇ ਖੇਲ
ਬੱਚੇ ਬੈਠਕ ਮੇ ਖੇਲ ਪਿਆਜ਼ ਡਾਲਦੀ ਹੈ ਬੱਚੇ ਬੈਠਕ ਮੇ ਖੇਲ ਰਹੇ ਹੈ ਬੱਚੋਂ ਕੋ ਦੇਖ ਕੇ ਆਤੇ ਹੈ ਕਿਆ ਕਰ ਰਹੇ ਬੱਚੇ ਸ਼ਰਾਰਤੀ ਬਹੁਤ ਹੈ ਇੱਕ ਤੋਂ ਚੋਟ ਲੱਗ ਜਾਏਗੀ ਇਹਨੇ ਆਪੇ ਕੋ ਜਾਣਾ ਕਿਆ ਕਰ ਰਹੇ ਥੇ ਖੇਲੋ ਨਹੀਂ ਖੇਲਣਾ ਕਿੱਥੇ ਜਾਣਾ ਫਿਰ ਦੇਖੋ ਆਪ ਵੀ ਖੇਲੋ ਸੁੱਕ ਜਾਣ ਅੱਛਾ ਜੀ ਛੋਟੀ ਭੈਣ ਕੋਲ ਆਏ ਜੀ ਮੈਂ ਆਖਿਆ ਕਿ ਖਾਣਾ ਖਾ ਕੇ ਅਸੀਂ ਆਏ ਹਾਂ ਤੇ ਰੋਟੀ ਨਾ ਬਣਾਓ ਲੇਕਿਨ ਭਾਈ ਜਿਹੜੇ ਨੇ ਬੜੇ ਮਹਿਮਾਨ ਨਵਾਜ ਨੇ ਉਹਨਾਂ ਨੇ ਕਿਹਾ ਬਹੁਤ ਆਉਣੀ ਤੇ ਥੋੜ੍ਹਾ ਜਿਹਾ ਅਸੀਂ ਕੁਛ ਨਾ ਕੁਛ ਬਣਾ ਲੈਣ ਦੋ ਚਾਵਲ ਬਣਾਉਣ ਲੱਗੀ ਹੈ ਤਾਂ ਸੜ ਗਈ ਹੈ ਦੁਪਹਿਰੇ ਦਿਨ ਦੇ ਹਾਂਡੀ ਰੱਖੀ ਹੈ ਉੱਪਰ ਹਾਂਡੀ ਨਹੀਂ ਦੇਸੀ ਰੱਖੀ ਹੈ ਚਾਵਲਾਂ ਅਤੇ ਹੁਣ ਮੈਨੂੰ ਦੱਸ ਕੋਈ ਹੈ ਤਾਂ ਮੰਮੀ ਤਰ੍ਹਾਂ ਚਿਕਨ ਅੱਛੀ ਤਰ੍ਹਾਂ ਧੋ ਲਿਆ ਵਾ ਇਸ ਤਹਿਤ ਅਤੇ ਨਾ ਪਿਆਜ਼ ਬਰਾਊਨ ਹੋ ਗਏ ਸੀ ਫਿਰ ਨਾ ਨੀਚੇ ਉਤਾਰ ਕੇ ਰੱਖ ਲਿਆ ਕਿ ਚਿਕਨ ਧੋਣ ਵਾਲਾ ਸੀ ਮੈਂ ਉੱਪਰ ਰੱਖ ਰਹੀ ਹਾਂ ਅਤੇ ਵਿੱਚ ਪਾ ਕੇ ਅਤੇ ਅੱਛੀ ਤਰ੍ਹਾਂ ਫਰਾਈ ਕਰਦੇ ਹਾਂ ਅਤੇ ਹਰੀਆਂ ਮਿਰਚਾਂ ਦਾ ਪੇਸਟ ਵੀ ਬਣਾ ਲਿਆ ਵਾ ਚਾਵਲ ਹਲੇ ਭਗਾਉਣੇ ਆ ਤਾਂ ਚਾਵਲ ਭਗੋ ਦੇ ਬੜੀ ਸੋਹਣੀ ਖਜੂਰੇ ਭੁੱਲਾ ਪਤਾ ਨੀ ਹੁਣ ਪਾਣੀ ਸਹੀ ਹੈ ਤੁਹਾਡਾ ਕਿੰਨੀਆਂ ਅੱਛੀਆਂ ਦਾਲਾਂ ਪੱਕਦੀਆਂ ਪਾਣੀ ਪਾ ਤੈਨੂੰ ਕਵਰ ਕਰ ਦਿੰਦੇ ਹਾਂ ਅਤੇ ਫਿਰ ਪੱਕਣ ਲੱਗ ਜਾਏ ਚਾਵਲ ਕਰ ਦਿੰਦੇ ਹਾਂ ਇਹ ਕਿ ਛੋਟੇ ਜਿਹੇ ਦਰਵਾਜ਼ਾ ਰੱਖਿਆ ਵਾ ਇਹ ਮੈਂਗੋ ਇਹ ਜਿਹੜੀ ਫਸਲ ਦਿੱਲੀ ਸਾਰੀ ਨਾ ਭਾਈ ਉਹਨਾਂ ਨੇ ਬੀਜੀ ਆ ਮੈਂਗੋ ਦੇ ਬੂਟੇ ਵੀ ਉਹਨਾਂ ਦੇ ਨੇ ਉਹ ਸੜਕ ਤੱਕ ਇਹ ਖੰਜੂਰ ਵੀ ਆ ਸਾਰੇ ਜਿਹੜੇ ਦਰਖਤ ਲਾਏ ਨੇ ਨਾ ਇਹਨਾਂ ਦੇ ਹੀ ਨੇ ਸਮਾਨ ਉਹਨਾਂ ਦੇ ਮਾਸ਼ਾਅੱਲਾ ਸੋਹਣੀ ਹੈ ਹਰ ਚੀਜ਼ ਅੱਛਾ ਜੀ ਜਦੋਂ ਮੈਂ ਪਹਿਲੇ ਆਈ ਨਾ ਆਹ ਬਰਾਮਦੇ ਹੈ ਨਹੀਂ ਸੀਗੇ ਆਹ ਜਿਹੜੇ ਇਹ ਹੁਣ ਬਣਾਏ ਆ ਹਾਂਜੀ ਖਜੂਰ ਲੱਗੀ ਹੋਈ ਹੈ ਜੀ ਇੱਧਰ ਸੂਰਜ ਪੈਂਦਾ ਪਿਆ ਜੀ ਅੱਜ ਦਾ ਵਲੋਗ ਇਹੀ ਸੀ ਇਨਸ਼ਾਅੱਲਾ ਫਿਰ ਮਿਲਾਂਗੇ ਨੈਕਸਟ ਵਲੋਗ 'ਚ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ
ਇਜਾਜ਼ਤ ਚਾਹਾਂਗੇ। ਅੱਲਾ ਹਾਫਿਜ਼। ਅੱਲਾ